ਦੋਸਤੋ ਜੇ ਤੁਸੀਂ ਵੀ ਆਪਣੇ ਮੋਬਾਈਲ ਉੱਪਰ ਨਵੀਂ ਨਵੀਂ ਜੌਬ ਨੋਟੀਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਓ ਕਿਉਂਕਿ ਮੈਂ ਰੋਜ਼ ਡੇਲੀ ਬੇਸ ਤੇ ਵੀਡੀਓਜ਼ ਅਪਲੋਡ ਕਰਦਾ ਰਹਿੰਦਾ ਨਵੀਂ ਨਵੀਂ ਜੌਬ ਰਿਕਰੂਟਮੈਂਟ ਜਿਹੜੀ ਵੀ ਸਾਈਟ ਉੱਤੇ ਆਈ ਹੁੰਦੀਆਂ ਹਨ ਤੇ ਅੱਜ ਦੀ ਜੋ ਜੌਬ ਰਿਕਰੂਟਮੈਂਟ ਦੀ ਗੱਲ ਕਰੀਏ ਦੋਸਤੋ CRPF ਡਿਪਾਰਟਮੈਂਟ ਵਿੱਚ ਆਈ ਜੌਬ ਰਿਕਰੂਟਮੈਂਟ ਦੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਟੋਟਲ ਪੋਸਟਾਂ ਦੀ ਗੱਲ ਕਰ ਲੈਂਦੇ ਹਾਂ ਟੋਟਲ ਪੋਸਟ 779 ਪੋਸਟ ਨੇ ਜਿਸ ਵਿੱਚ ਕਾਂਸਟੇਬਲ ਹੈੱਡ ਕਾਂਸਟੇਬਲ SI ASI ਤੇ ਹੋਰ ਹਸਪੀਟਲ ਆਫੀਸਰ ਰਿਲੇਟਡ ਜੋਬ ਨੇ ਜੋ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਵੀ ਦੇ ਦੇਗਾ ਉਹ ਤੁਸੀਂ ਇੱਕ ਵਾਰ ਚੰਗੀ ਤਰ੍ਹਾਂ ਰੀਡ ਕਰ ਲਿਓ ਤੇ ਐਲੀਜੀਬਿਲਿਟੀ ਦੀ ਗੱਲ ਕਰੀ ਦੋਸਤੋ ਕਿਹੜੇ ਕਿਹੜੇ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦੇ ਦੋਸਤੋ ਜੇ ਤੁਸੀਂ 10ਵੀਂ ਪਾਸ ਹੋ ਗ੍ਰੈਜੂਏਸ਼ਨ ਹੋ ਡਿਪਲੋਮਾ ਹੈ ਅਤੇ ਹੋਰ ਥੋੜ੍ਹੀ ਜਿਹੜੀ ਕੁਆਲੀਫਿਕੇਸ਼ਨਾਂ ਨੇ ਦੱਸੀ ਹੈ ਜਿਹੜੇ ਆਫੀਸ਼ੀਅਲ ਨੋਟੀਫਿਕੇਸ਼ਨ ਵਿੱਚ ਹੈ ਜੇ ਪਾਸ ਕੀਤੀ ਹੈ ਤਾਂ ਉਹ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਏਜ ਲਿਮਿਟ ਦੀ ਗੱਲ ਕਰੀ ਦੋਸਤੋ 18 ਤੋਂ 30 ਸਾਲ ਦੇ ਵਿਚਾਲੇ ਦਾ ਕੋਈ ਵੀ ਕੈਂਡੀਡੇਟ ਇਸ ਨੂੰ ਅਪਲਾਈ ਕਰ ਸਕਦਾ ਹੈ ਤੇ ਲਾਸਟ ਡੇਟ ਦੋਸਤੋ ਅਪਲਾਈ ਕਰਨ ਦੀ 31 ਜੁਲਾਈ 2020 ਤੇ ਅਪਲਾਈ ਕਰਨ ਦੀ ਫੀਸ ਦੋਸਤੋ ਜਰਨਲ ਅਤੇ OBC ਕੈਂਡੀਡੇਟ ਵਾਸਤੇ 200 ਰੁਪਏ ਹੈ ਤੇ SC ST ਵਾਸਤੇ ਕੋਈ ਫੀਸ ਨਹੀਂ ਇਸ ਨੂੰ ਅਪਲਾਈ ਕਰਨ ਦੀ ਤੇ ਸੈਲਰੀ 21,000 ਤੋਂ ਲੈ ਕੇ 42,000 ਤੱਕ ਸੈਲਰੀ ਰਹੇਗੀ ਇਸ ਤੋਂ ਬਾਅਦ ਗ੍ਰੇਡ ਵੱਧਦੀ ਰਹਿੰਦੀ ਹੈ ਸੈਲਰੀ ਦੀ ਵੀ ਤੇ ਜੇ ਤੁਸੀਂ ਔਨਲਾਈਨ ਅਪਲਾਈ ਕਰਨਾ ਚਾਹੁੰਦੇ ਹੋ ਤਾਂ www.davp.nic.in ਤੇ ਜਾ ਕੇ ਔਨਲਾਈਨ ਅਪਲਾਈ ਕਰ ਸਕਦੇ ਹੋ ਚਲੋ ਦੋਸਤੋ ਤੁਹਾਨੂੰ ਮੈਂ ਅਪਲਾਈ ਕਰਨ ਦਾ ਤਰੀਕਾ ਅਤੇ ਇਸ ਦਾ ਆਫੀਸ਼ੀਅਲ ਨੋਟੀਫਿਕੇਸ਼ਨ ਵੀ ਦਿਖਾ ਦਿੰਦਾ ਤਾਂ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਆਫੀਸ਼ੀਅਲ ਸਾਈਟ ਹੈ ਅਤੇ ਇਹ ਇਸ ਦਾ ਆਫੀਸ਼ੀਅਲ ਜਿਹੜਾ ਨੋਟੀਫਿਕੇਸ਼ਨ ਜੋਬ ਰਿਕਰੂਟਮੈਂਟ ਦਾ ਹੈ ਇਹ ਸਾਈਟ ਉੱਪਰ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਇੱਥੇ ਚੈੱਕ ਕਰ ਸਕਦੇ ਹੋ ਤੁਸੀਂ ਸਾਰੀ ਪੋਸਟਾਂ ਦਾ ਪੂਰਾ ਵੇਰਵਾ ਦਿੱਤਾ ਹੋਇਆ ਐਗਜ਼ਾਮਪਲ ਦੇ ਤੌਰ ਤੇ ਇੱਥੇ ਸਬ ਇੰਸਪੈਕਟਰ ਦੀ ਪੋਸਟ ਹੈ ਤੇ ਟੋਟਲ 28 ਪੋਸਟਾਂ ਨੇ ਜਰਨਲ ਵਾਸਤੇ 28 ਨੇ ਤੇ OBC ਵਾਸਤੇ 15 ਤੇ SC ਤੇ ਜਿਹੜੀ ST ਕੈਟਾਗਰੀ ਦੇ ਉਹਨਾਂ ਵਾਸਤੇ 10 ਤੇ 5 ਹੈ ਤੇ ਇਹ EWD ਕੈਂਡੀਡੇਟ ਹੈ ਜਿਹੜੇ ਉਹ ਉਹਨਾਂ ਵਾਸਤੇ 6 ਹੈ ਤੇ ਟੋਟਲ ਪੋਸਟ ਜਿਹੜੀ SI ਦੇ ਉਹ 64 ਨੇ ਤੇ ਕੁਆਲੀਫਿਕੇਸ਼ਨ ਦੀ ਗੱਲ ਕਰੀ ਤਾਂ ਇੱਥੇ ਦੇਖੋ ਸ਼ੋਅ ਕਰ ਰਿਹਾ ਇਹ ਮੈਟ੍ਰਿਕ ਮੰਗੀ ਗਈ ਹੈ ਤੇ ਏਜ ਲਿਮਿਟ 20 ਤੋਂ 25 ਸਾਲ ਇਸ ਵਿੱਚ ਹੈ ਤੇ ਵੱਖ ਵੱਖ ਪੋਸਟਾਂ ਨੇ ਦੋਸਤੋ ਵੱਖ ਵੱਖ ਕੁਆਲੀਫਿਕੇਸ਼ਨ ਅਤੇ ਵੱਖ ਵੱਖ ਏਜ ਲਿਮਿਟ ਹੈ ਤੇ ਵੱਖ ਵੱਖ ਸੈਲਰੀ ਆ ਬਾਕੀ ਇੱਕ ਵਾਰ ਚੰਗੀ ਤਰ੍ਹਾਂ ਇਹ ਨੋਟੀਫਿਕੇਸ਼ਨ ਤੁਸੀਂ ਰੀਡ ਕਰ ਲਿਓ ਜੇ ਫਿਰ ਵੀ ਕੋਈ ਡਾਊਟ ਹੈ ਤਾਂ ਵੀਡੀਓ ਵਿੱਚ ਕਮੈਂਟ ਕਰੋ ਤੁਸੀਂ ਅਪਲਾਈ ਕਿਵੇਂ ਕਰ ਸਕਦੇ ਹੋ ਘਰ ਬੈਠੇ ਫੋਨ 'ਤੇ ਉਹ ਵੀ ਤੁਹਾਨੂੰ ਮੈਂ ਵੀਡੀਓ ਨੈਕਸਟ ਵੀਡੀਓ ਬਣਾ ਦਿਆਂਗਾ ਓਕੇ ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ